ਤਾਂ ਅੱਜ ਕੱਲ ਦਾ ਜਮਾਨਾ AI ਦਾ ਜਮਾਨਾ ਹੈ AI ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਲੇਕਿਨ ਕੁਝ ਚਿੰਤਾਵਾਂ ਵੀ ਇਸ ਨੂੰ ਲੈ ਕੇ ਬਣੀਆਂ ਹੋਈਆਂ ਨੇ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ AI ਦਾ ਇੱਕ ਮਾਡਲ ਤਿਆਰ ਕੀਤਾ ਜਾਂਦਾ ਹੈ ਉੱਤੇ ਉਹ ਹੂ ਬਹੂ ਇੱਕ ਇਨਸਾਨ ਦੀ ਤਰ੍ਹਾਂ ਦਿਸਦਾ ਹੈ ਅਤੇ ਆਪਣੀ ਕੰਪਨੀ ਨੂੰ ਕਰੋੜਾਂ ਰੁਪਏ ਕਮਾ ਕੇ ਦਿੰਦਾ ਹੈ ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ ਲੇਕਿਨ ਇਹ ਗੱਲ ਆ ਜਿਹੜੀ ਉਹ ਬਿਲਕੁਲ ਸੱਚ ਹੈ ਸਤਿ ਸ਼੍ਰੀ ਅਕਾਲ ਫੈਕਟ ਨਿਊਜ਼ ਦੇ ਉੱਤੇ ਪ੍ਰੋਗਰਾਮ ਕੁਝ ਖਾਸ ਗੱਲਾਂ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਅਜਿਹੇ AI ਮਾਡਲ ਬਾਰੇ ਜਾਣਕਾਰੀ ਦੇਵਾਂਗੇ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਲੱਖਾਂ ਲੋਕ ਇਸ ਨੂੰ ਇੰਸਟਾਗ੍ਰam ਉੱਤੇ ਫੋਲੋ ਕਰਦੇ ਨੇ ਕੰਪਨੀ ਵੱਲੋਂ ਕਰੋੜਾਂ ਰੁਪਏ ਕਮਾਏ ਜਾਂਦੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਨੂੰ ਲੈ ਕੇ ਨਿਤ ਨਵੇਂ ਪ੍ਰਯੋਗ ਦੇਖਣ ਨੂੰ ਮਿਲਦੇ ਨੇ ਜਿੱਥੇ ਇੱਕ ਪਾਸੇ ਇਨਸਾਨਾਂ ਵਾਂਗ ਗੱਲ ਕਰਨ ਵਾਲੇ ਚੈਟਬots ਬਣਾਏ ਜਾ ਰਹੇ ਨੇ ਦੂਜੇ ਪਾਸੇ ਹੁਣ ਇਨਸਾਨਾਂ ਵਾਂਗ ਦੇਖਣ ਵਾਲੇ AI ਮਾਡਲ ਵੀ ਮਾਰਕੀਟ ਦੇ ਵਿੱਚ ਆ ਗਏ ਨੇ ਜੀ ਹਾਂ ਇੱਥੇ ਅਸੀਂ ਗੁਲਾਬੀ ਬਾਣਾ ਵਾਲੇ AI ਮਾਡਲ ਬਾਰੇ ਗੱਲ ਕਰ ਰਹੇ ਹਾਂ ਜੋ ਬਿਲਕੁਲ ਇਨਸਾਨਾਂ ਦੀ ਤਰ੍ਹਾਂ ਦਿਸਦੀ ਹੈ ਅਤੇ ਹਰ ਮਹੀਨੇ ਲੱਖਾਂ ਕਮਾ ਰਹੀ ਹੈ ਇਹ AI ਮਾਡਲ ਬ੍ਰਾਂਡ ਡੀਲਾ ਅਤੇ ਤਰੱਕੀਆਂ ਦੇ ਲਈ ਵਰਤੀ ਜਾਂਦੀ ਹੈ ਇਸ AI ਮਾਡਲ ਦਾ ਨਾਮ ਆਇਤਾਨਾ ਲੋਪੇਜ਼ ਰੱਖਿਆ ਗਿਆ ਹੈ ਤਾਂ ਇਸ AI ਮਾਡਲ ਦੇ ਸਨੈਪਨਿਸ਼ ਮਾਡਲ ਨੇ ਜਿਹੜੇ ਉਹ ਬਾਰਸੀਲੋਨਾ ਦੀ ਇੱਕ ਕਯੂਲਿਸਿੰਗ ਏਜੰਸੀ ਨੇ ਤਿਆਰ ਕੀਤੇ ਨੇ ਰਿਪੀਟ ਇਸ AI ਮਾਡਲ ਦਾ ਨਾਮ ਆਇਤਾਨਾ ਲੋਪੇਜ਼ ਰੱਖਿਆ ਗਿਆ ਹੈ ਇਸ AI ਮਾਡਲ ਨੂੰ ਸਪੈਨਿਸ਼ ਮਾਡਲਿੰਗ ਏਜੰਸੀ ਬਾਰਸੀਲੋਨਾ ਦੀ ਦਾਕਲੌਉਲੈਂਸ ਨੇ ਤਿਆਰ ਕੀਤਾ ਹੈ ਇਹ ਮਾਡਲ ਨੂੰ ਰੂਬੇਨ ਕਰੂਜ਼ ਨੇ ਬਣਾਇਆ ਹੈ ਰੂਬੇਨ ਕਰੂਜ਼ ਮੁਤਾਬਕ ਇਹ AI ਮਾਡਲ ਹਰ ਮਹੀਨੇ 11000 ਡਾਲਰ ਤੱਕ ਕਮਾ ਸਕਦਾ ਹੈ ਇੰਸਟਾਗ੍ਰਾਮ ਉੱਤੇ ਇਸ ਦੇ 1 ਲੱਖ ਤੋਂ ਵੀ ਵੱਧ ਫਾਲੋਅਰ ਨੇ ਆਇਤਾਨਾ ਲੋਪੇਜ਼ ਨਾਮੀ ਇਸ AI ਮਾਡਲ ਨੂੰ ਇੰਸਟਾਗ੍ਰਾਮ ਉੱਤੇ ਹਜ਼ਾਰਾਂ ਲੋਕ ਫਾਲੋ ਕਰਦੇ ਨੇ ਆਇਤਾਨਾ ਲੋਪੇਜ਼ ਨੂੰ ਫਿਲਹਾਲ ਇੰਸਟਾਗ੍ਰਾਮ ਉੱਤੇ 136000 ਲੋਕ ਫੋਲੋ ਕਰ ਰਹੇ ਨੇ اے ਆਈ ਮਾਡਲ ਆਪਣੇ ਫੋਲੋਅਰਸ ਨੂੰ ਨਵੇਂ ਕੱਪੜਿਆਂ ਵਿੱਚ ਅਤੇ ਨਵੀਂ ਦਿੱਖ ਵਿੱਚ ਨਜ਼ਰ ਆਉਂਦੀ ਹੈ ਆਇਤਾਨਾ ਲੋਪੇਜ਼ ਦੀਆਂ ਤਸਵੀਰਾਂ ਬਿਲਕੁਲ ਇੱਕ ਅਸਲੀ ਇਨਸਾਨ ਵਰਗੀਆਂ ਜਾਪਦੀਆਂ ਨੇ ਖਬਰਾਂ ਮੁਤਾਬਕ اے ਆਈ ਰਿਪੀਟ ਖਬਰਾਂ ਮੁਤਾਬਕ ਇਹ اے ਆਈ ਮਾਡਲ ਪਰਸਨਜ਼ ਮੈਸੇਜ ਅਤੇ ਡੇਟਿੰਗ ਲਈ ਵਰਤਿਆ ਜਾਂਦਾ ਹੈ ਅਸਲ ਦੇ ਵਿੱਚ ਇਹ ਇੱਕ ਫੋਟੋਸ਼ਾਪ ਦਾ ਜਾਦੂ ਹੈ ਤਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ AI ਮਾਡਲ ਅਸਲ ਵਿੱਚ ਫੋਟੋਸ਼ਾਪ ਦੇ ذریعے ਵੱਖ-ਵੱਖ ਰੂਪਾਂ ਵਿੱਚ ਦਿਖਾਈ ਦਿੰਦੀ ਹੈ ਇਸ ਮਾਡਲ ਨੂੰ ਤਿਆਰ ਕਰਨ ਵਾਲੀ ਕੰਪਨੀ ਹਰ ਹਫ਼ਤੇ ਇੱਕ ਮੀਟਿੰਗ ਕਰਦੀ ਹੈ ਅਤੇ ਮਾਡਲ ਦੇ ਸਬੰਧ ਵਿੱਚ ਅਗਲੀ ਸਮਾਸਾਰਨੀ ਤੈਅ ਕਰਦੀ ਹੈ AI ਮਾਡਲ ਦੀਆਂ ਤਸਵੀਰਾਂ ਫੋਟੋਸ਼ਾਪ ਰਾਹੀਂ ਸ਼ਡਿਊਲ ਦੇ ਮੁਤਾਬਕ ਤਿਆਰ ਕੀਤੀਆਂ ਜਾਂਦੀਆਂ ਨੇ ਇਹ ਮਾਡਲ ਇਸ ਲਈ ਬਣਾਇਆ ਗਿਆ ਹੈ ਕਿ ਕੰਪਨੀ ਨੂੰ ਕਿਸੇ ਵੀ ਉਤਪਾਦ ਦੇ ਪ੍ਰਚਾਰ ਲਈ ਨਿਰਮਾਤਾਵਾਂ ਅਤੇ ਪ੍ਰਭਾਵ ਕਾ ਕੋਲ ਜਾਣ ਦੀ ਲੋੜ ਨਾ ਪਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ AI ਵੱਲੋਂ ਕਿੰਨੀਆਂ ਤਰੱਕੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਪਹਿਲਾਂ ਜਿਹੜੇ ਐਡੀਟਰ ਸੀ ਜਾਂ ਜਿਹੜੇ ਫੋਟੋਸ਼ਾਪ ਦੇ ਮਾਹਿਰ ਸੀ ਉਹਨਾਂ ਨੂੰ ਲੈ ਕੇ AI ਨੇ ਕਾਫੀ ਕ੍ਰਾਂਤੀ ਲਿਆਂਦੀ ਇਸੇ ਤਰ੍ਹਾਂ ਸਕ੍ਰਿਪਟ ਰਾਈਟਿੰਗ ਨੂੰ ਲੈ ਕੇ ਕਾਫੀ ਕ੍ਰਾਂਤੀ ਲਿਆਂਦੀ ਅਤੇ ਸਰਚਿੰਗ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਕਾਫੀ ਕੁਝ ਬਦਲ ਦਿੱਤਾ ਗਿਆ ਹੁਣ ਮਾਡਲਿੰਗ ਦੇ ਵਿੱਚ ਵੀ AI ਆ ਜਿਹੜਾ ਉਹ ਉੱਤਰ ਆਇਆ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਟੈਕਨੋਲੋਜੀ ਨੂੰ ਲੈ ਕੇ ਬਹੁਤ ਚੀਜ਼ਾਂ ਨੇ ਜਿਹੜੀਆਂ ਉਹ ਸਾਹਮਣੇ ਆਉਣੀਆਂ ਨੇ ਹਾਲਾਂਕਿ ਕਈ ਚਿੰਤਾਵਾਂ ਵੀ ਨੇ ਲੋਕਾਂ ਦੇ ਰੋਜ਼ਗਾਰ ਨੂੰ ਲੈ ਕੇ ਅਤੇ ਹੌਂਦ ਨੂੰ ਲੈ ਕੇ ਵੀ ਕਈ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਨੇ ਲੇਕਿਨ ਮਾਹਿਰਾਂ ਦਾ ਕਹਿਣਾ ਹੈ ਕਿ ਅਗਰ AI ਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇਹ ਵੱਡਾ ਵਰਦਾਨ ਸਾਬਤ ਹੋ ਸਕਦੀ ਹੈ ਤਾਂ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਖਣ ਦੇ ਲਈ ਫੋਲੋ ਕਰ ਲੈਣਾ ਫੈਕਟ ਨਿਊਜ਼ ਨੂੰ